ਲਾਡੀ ਤੁਸੀਂ ਕੋਈ ਗੱਲ ਸੁਣਾ ਦਿਓ ਪਲੀਜ਼, ਕੋਈ ਵੀ ਕਹਾਣੀ। ਲਓ ਜੀ, ਇਹ ਕਹਾਣੀ ਹੈ ਇੱਕ ਦੇਸੀ ਇੰਟਰਨੈਸ਼ਨਲ ਸਟੂਡੈਂਟ ਦੀ ਜੋ ਬਸ ਧੱਕ ਤੇ ਹੀ ਗੇਮ ਪਾ ਰਿਹਾ ਸੀ। Is this clown for real? ਯਾਰੇ ਅੱਜ ਕੱਲ ਮੇਰੀ ਸਾਲੀ ਧੱਕ ਮਿਸ ਮਾਰ ਰਹੀ ਹੈ, ਕਿਆ ਸਾਲਾ ਮੈਨੂੰ ਇਗਨੋਰ ਕਰ ਰਿਹਾ। Now listen here you। ਤੇ ਉਹਨੂੰ ਮਿਲੀ ਬਾਈ ਕਿਹੋ ਜੀ ਕੁੜੀ ਜਿਹੜੀ ਆਪਣੇ ਆਪ ਨੂੰ ਇੱਕ ਬ੍ਰਾਂਡ ਇਹ ਦੱਸਦੀ ਸੀ। ਮੈਂ ਇੱਕ ਸੋਸ਼ਲ ਮੀਡੀਆ ਸਟਾਰ ਹਾਂ, ਇੱਕ ਇਹੋ ਜੀ ਅੱਗ ਹਾਂ ਜੋ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਹੈ। ਇਹ ਗੱਲ ਲਗਾ ਜੀ, ਤੁਸੀਂ ਆਪਣੇ ਤੋਂ ਜ਼ਿਆਦਾ ਇੰਪ੍ਰੈਸ ਨਹੀਂ ਜੀ? ਮੈਂ ਨਾ ਚੰਗੀ ਤਰ੍ਹਾਂ ਜਾਣਦੀ ਹਾਂ ਤੇਰੇ ਵਰਗਿਆਂ ਨੂੰ। ਮੈਨਰ ਜ਼ੀਰੋ, ਕਲਾਸ 'ਚ ਜ਼ੀਰੋ, ਫਿਊਚਰ ਜ਼ੀਰੋ। ਤੇਰੇ ਵਰਗੇ ਬੁਰੇ ਲੋਕ ਨਾ ਛੇਤੀ ਮਰ ਜਾਂਦੇ ਆ। ਹਰ ਪਲ ਦੁਨੀਆ ਤੇ ਨਹੀਂ ਲੁਟਾਈਦਾ, ਕੁਝ ਪਲ ਸਾਡੇ ਦੋਨਾਂ ਲਈ ਵੀ ਸਾਂਭ ਕੇ ਰੱਖ ਲੈ। ਤੇਰੀਆਂ ਦੀਦਾਂ ਨਮਾਜ਼ਾਂ ਵਰਗੀਆਂ ਨੇ, ਤੇਰੀਆਂ ਗੱਲਾਂ ਸਾਜ਼ਾਂ ਵਰਗੀਆਂ ਨੇ। ਉਦੋਂ ਖਿਆਲਾਂ ਨੂੰ ਵੀ ਰੰਗ ਸੀ ਮੁਹੱਬਤਾਂ ਦੇ ਚਾਅ ਦਾ, ਇੱਕ ਮੁੰਡਾ ਇੱਕ ਕੁੜੀ ਤੋਂ ਕਿਵੇਂ ਨਾ ਦਿਲ ਹਾਰਦਾ। ਲਾਡੀ, ਸਾਨੂੰ ਬਸ ਇੰਨੇ ਹੀ ਪਲ ਮਿਲੇ ਸੀ। ਇੰਨਾ ਤੇ ਮੇਰਾ ਰੱਬ ਵੀ ਨਹੀਂ ਹੈ ਜਿੰਨਾ ਕੇ ਤੂੰ ਹੈ ਮੇਰਾ। ਜੇ ਮੈਂ ਕਦੇ ਗੁਆਚ ਗਈ ਤੂੰ ਮੈਨੂੰ ਲੱਭਣ ਆਏਗਾ? ਫੌਜੀ ਦੇਸੀ ਪੇਂਡੂ, ਤੁਹਾਨੂੰ ਸਟੂਡੈਂਟਾਂ ਨੂੰ ਬਸ ਮਰਨਾ ਮਾਰਨਾ ਹੀ ਆਉਂਦਾ? ਸਾਨੂੰ ਬਸ ਇਹੀ ਆਉਂਦਾ, ਦਿਨ ਰਾਤ ਆਪਣਾ ਖੂਨ ਸਾੜਦੇ ਡਬਲ ਸ਼ਿਫਟਾਂ ਲਾਉਂਦੇ ਸਟੂਡੈਂਟਾਂ ਨੂੰ ਬਸ ਮਰਨਾ ਹੀ ਤਾਂ ਆਉਂਦਾ। ਗੁਰੂ ਘਰਾਂ 'ਚ ਭੁੱਖੇ ਤੇ ਆਏ ਸਟੂਡੈਂਟਾਂ ਨੂੰ, ਢਿੱਡ ਭਰਦਿਆਂ ਨੂੰ ਬਸ ਮਰਨਾ ਹੀ ਤਾਂ ਆਉਂਦਾ। ਆਪਣੇ ਮਾਂ ਬਾਪ ਪਿੰਡ ਨੂੰ ਤਰਸਦਿਆਂ ਨੂੰ ਸਾਨੂੰ ਬਸ ਮਰਨਾ ਹੀ ਤਾਂ ਆਉਂਦਾ।